ਜਲੰਧਰ ਦੇ ਕੰਪਨੀ ਬਾਗ ਦੇ ਵਿੱਚ ਆਰਐਸਐਸ ਭਾਜਪਾ ਦੇ ਲੋਕ ਜਾਗਰਣ ਮੰਚ ਅਤੇ ਕਈ ਹੋਰ ਲੋਕਾਂ ਦੇ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਦੇ ਵਿੱਚ ਇੱਕ ਵਿਸ਼ਾਲ ਰੈਲੀ ਕੱਢੀ ਗਈ। ਇਸ ਵਿੱਚ ਭਾਜਪਾ ਅਤੇ ਆਰਐਸਐਸ ਦੇ ਸਾਰੇ ਵੱਡੇ ਨੇਤਾ ਸ਼ਾਮਲ ਹੋਏ। ਇਸ ਮੌਕੇ ਤੇ ਭਾਜਪਾ ਦੇ ਸੂਬੇ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਮਨ ਭੱਬੀ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਮੌਕੇ ਤੇ ਦੱਸਿਆ ਕਿ ਇਸ ਕਾਨੂੰਨ ਨੂੰ ਲੈ ਕੇ ਲੋਕਾਂ ਤੱਕ ਜਾਣਕਾਰੀ ਪਹੁੰਚਾਈ ਜਾ ਰਹੀ ਹੈ, ਜਿਸ ਕਰਕੇ ਹੀ ਇਸ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਮੌਕੇ ਤੇ ਦੱਸਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਬਾਬਤ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਕਾਨੂੰਨ ਨੂੰ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਜ਼ਰੀਏ ਲਾਗੂ ਕੀਤਾ ਜਾਵੇਗਾ। ਜਲੰਧਰ ਦੇ ਵਿੱਚ ਸਿਟੀਜ਼ਨ ਅਮੈਂਡਮੈਂਟ ਐਕਟ ਦੀ ਫੇਵਰ ਦੇ ਵਿੱਚ ਬਹੁਤ ਵੱਡਾ ਇਕੱਠ ਕੀਤਾ ਗਿਆ, ਜਿਸ 'ਚ ਭਾਰਤੀ ਜਨਤਾ ਪਾਰਟੀ ਔਰ ਹੋਰ ਬੜੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਇੱਥੇ ਪਹੁੰਚੀ ਹੈ। ਅਸੀਂ ਦੇਸ਼ 'ਚ ਉਹਨਾਂ ਲੋਕਾਂ ਦੇ ਵਿਰੋਧ 'ਚ ਇਕੱਠ ਇਹ ਰੈਲੀ ਕੀਤੀ ਹੈ। ਅਸੀਂ ਦੱਸਣਾ ਚਾਹੁੰਦੇ ਹਾਂ ਜਿਹੜੇ ਸਿਟੀਜ਼ਨ ਅਮੈਂਡਮੈਂਟ ਐਕਟ ਦੇ ਵਿਰੋਧ ਕਰ ਰਹੀਆਂ ਪਾਰਟੀਆਂ ਔਰ ਨਰਿੰਦਰ ਭਾਈ ਮੋਦੀ, ਭਾਰਤੀ ਜਨਤਾ ਪਾਰਟੀ ਔਰ ਦੇਸ਼ ਦੀ ਸਰਕਾਰ ਦੇ ਖਿਲਾਫ ਜਿਹੜਾ ਮਾਹੌਲ ਬਣਾਇਆ ਗਿਆ ਪੂਰੇ ਦੇਸ਼, ਉਹ ਇਹ ਕਹਿ ਰਹੇ ਨੇ ਕਿ ਅਸੀਂ ਇੱਕ ਖਾਸ ਜਾਤੀ ਦੇ ਖਿਲਾਫ ਇੱਕ ਮਾਹੌਲ ਖੜਾ ਕਰਨ ਜਾ ਰਹੇ ਹਾਂ। ਇਹ ਸੱਚਾਈ ਨਹੀਂ ਹੈ, ਇਹ ਸਿਰਫ ਹਿੰਦੂ, ਸਿੱਖ, ਈਸਾਈ, ਪਾਰਸੀ ਔਰ ਬੌਧਿਸਟ ਜਿਹੜੇ ਲੋਕ ਨੇ ਉਹ ਜਿਹੜੇ ਤਸ਼ੱਦਦ ਸਹਿ ਰਹੇ ਨੇ ਪਾਕਿਸਤਾਨ, ਬੰਗਲਾਦੇਸ਼ ਤੇ ਅਤੇ ਅਫਗਾਨਿਸਤਾਨ ਦੇ ਵਿੱਚ, ਇਹਨਾਂ ਲੋਕਾਂ ਨੂੰ 5 ਸਾਲ ਦੇ ਅੰਦਰ ਅੰਦਰ ਜਿਹੜੀ ਹੈ 5 ਸਾਲ ਜਿਨ੍ਹਾਂ ਨੂੰ ਰਹਿੰਦੇ ਹੋ ਗਏ ਨੇ ਉਹਨਾਂ ਨੂੰ ਨਾਗਰਿਕਤਾ ਮਿਲੇ। ਇਹ ਕਾਨੂੰਨ ਉਸ ਵਿਵਸਥਾ ਦਾ ਹਿੱਸਾ ਹੈ ਔਰ ਜਿਹੜੇ ਲੋਕਾਂ ਦੇ ਹਾਲਾਤ ਨੇ ਅਸੀਂ ਦੇਖਦੇ ਹਾਂ ਕਿ ਆਜ਼ਾਦੀ ਵੇਲੇ 27% ਦੇ ਕਰੀਬ ਹਿੰਦੂ ਪਾਕਿਸਤਾਨ ਸਨ, ਅੱਜ ਲਗਭਗ 2.5% ਦੇ ਕਰੀਬ ਉੱਥੇ ਹਿੰਦੂ ਰਹਿ ਗਏ ਨੇ ਅਤੇ ਇਹ ਦਰਸਾਉਂਦੀ ਹੈ ਕਿ ਕਿਸ ਤਰੀਕੇ ਨਾਲ ਇਹ ਜਿਹੜੀ ਮਾਈਨੋਰਟੀਜ਼ ਦਾ ਦੁਰਦਸ਼ਾ ਇਸ ਇਹਨਾਂ ਦੇਸ਼ਾਂ 'ਚ ਹੋ ਰਹੀ ਹੈ। ਅਤੇ ਜੇ ਉਹਨਾਂ ਲੋਕਾਂ ਨੂੰ ਆਪਣੇ ਦੇਸ਼ ਆ ਕੇ ਉਹਨਾਂ ਦੀ ਉਸਦੀ ਨਾਗਰਿਕਤਾ ਮਿਲੇ, ਉਹਦੇ ਪੱਖ 'ਚ ਜੇ ਕੋਈ ਕਾਨੂੰਨ ਬਣਦਾ ਹੈ ਤਾਂ ਪੂਰਾ ਦੇਸ਼ ਉਹਦੇ ਨਾਲ ਹੈ। ਕੁਛ ਰਾਜਨੀਤਿਕ ਪਾਰਟੀਆਂ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਵਾਸਤੇ ਜਿਹੜੇ ਵਿਰੋਧ ਕਰ ਰਹੇ ਨੇ, ਅਸੀਂ ਉਹਨਾਂ ਦੀ ਮੁਖਾਲਫਤ ਖੜ੍ਹੇ ਹਾਂ ਔਰ ਦੇਸ਼ ਦੀ ਸਰਕਾਰ ਨਾਲ, ਨਰਿੰਦਰ ਭਾਈ ਮੋਦੀ ਦੇ ਨਾਲ ਸਾਰੀ ਦੇਸ਼ ਖੜ੍ਹਾ ਹੈ। ਲੋਕ ਜਾਗਰਣ ਮੰਚ ਵੱਲੋਂ CAA ਕਾਨੂੰਨ ਜੋ ਕਿ ਇੱਕ ਐਕਟ ਦੇ ਰੂਪ ਦੇ ਵਿੱਚ ਬਣਿਆ, ਉਸਦੇ ਸਮਰਥਨ ਦੇ ਵਿੱਚ ਜਲੰਧਰ ਦੇ ਸਮੂਹ ਕਾਰਜਕਰਤਾ ਦੇ ਸਹਿਯੋਗ ਦੇ ਨਾਲ ਇੱਕ ਭਾਰੀ ਇਕੱਠ ਕੀਤਾ ਗਿਆ, ਜਿਸ ਦੇ ਵਿੱਚ ਇਹ ਦੇਸ਼ ਨੂੰ ਔਰ ਜਿਹੜੀਆਂ ਰਾਸ਼ਟਰ ਵਿਰੋਧੀ ਤਾਕਤਾਂ ਨੇ ਜਿਨ੍ਹਾਂ ਨੇ ਦੇਸ਼ ਵਿੱਚ ਵਖਦੜ ਮਚਾਉਣ ਦਾ ਜਾਂ ਹੁੱਲੜਬਾਜ਼ੀ ਕਰਨ ਦਾ ਜੋ ਪ੍ਰਯਾਸ ਕਰਦੀਆਂ ਨੇ, ਉਹਨਾਂ ਨੂੰ ਇਹ ਚੇਤਾਵਨੀ ਵੀ ਹੈ ਕਿ ਦੇਸ਼ ਸਾਰਾ ਇਕੱਠਾ ਹੈ। ਦੇਸ਼ ਹਿੱਤ ਵਿੱਚ ਜੋ CAA ਦਾ ਕੇਂਦਰ ਸਰਕਾਰ ਨੇ ਕਾਨੂੰਨ ਬਣਾ ਕੇ, ਐਕਟ ਬਣਾ ਕੇ ਪਾਸ ਕੀਤਾ, ਅਸੀਂ ਉਹਦੇ ਸਮਰਥਨ 'ਚ ਇੱਥੇ ਇਕੱਠੇ ਹੋਏ ਹਾਂ ਔਰ ਜਿਹੜੇ ਮਾਈਨੋਰਟੀ ਦੇ ਲੋਕ ਜਿਨ੍ਹਾਂ ਨੂੰ ਇਸ ਦੇਸ਼ ਦੇ ਵਿੱਚ ਨਾਗਰਿਕਤਾ ਮਿਲੇ, ਅਸੀਂ ਉਹਨਾਂ ਦੇ ਸਮਰਥਨ 'ਚ ਹਾਂ ਔਰ ਅਸੀਂ ਇਸ ਗੱਲ ਦਾ ਸਮਰਥਨ ਕਰਨ ਵਾਸਤੇ ਅੱਜ ਦੇਸ਼ ਭਗਤੀ ਦਾ ਜੋ ਜਲੰਧਰ ਸ਼ਹਿਰ ਵਾਸੀਆਂ ਨੇ ਇਕੱਠ ਦਿਖਾਇਆ, ਇਸ ਤੋਂ ਲੱਗਦਾ ਹੈ ਕਿ ਇਹ ਕਾਨੂੰਨ ਬਹੁਤ ਅੱਛਾ ਹੈ, ਦੇਸ਼ ਦੇ ਹਿੱਤ ਵਾਸਤੇ, ਦੇਸ਼ ਦੀ ਰੱਖਿਆ ਵਾਸਤੇ ਬਹੁਤ ਜ਼ਰੂਰੀ ਹੈ। ਅਖੀਰ ਅਸੀਂ ਫਿਰ ਇਸ ਕਾਨੂੰਨ ਦੇ ਸਮਰਥਨ ਵਿੱਚ ਆਪਣੀ ਆਵਾਜ਼ ਨੂੰ ਹਮੇਸ਼ਾ ਬੁਲੰਦ ਰੱਖਾਂਗੇ। ਭਾਰਤ ਮਾਤਾ ਕੀ ਜੈ। ਜਿਗਰੇ ਖਾਸ ਹੈ ਕਿ ਉਹਨਾਂ ਦਾ ਇਸ ਮੌਕੇ ਤੇ ਕਹਿਣਾ ਸੀ ਕਿ ਇਹ ਕੇਂਦਰ ਦਾ ਕਾਨੂੰਨ ਹੈ ਅਤੇ ਇਸ ਨੂੰ ਕੋਈ ਵੀ ਸੂਬਾ ਲਾਗੂ ਕਰਨ ਤੋਂ ਮਨਾ ਨਹੀਂ ਕਰ ਸਕਦਾ। ਜਲੰਧਰ ਤੋਂ ਨਿਸ਼ਾ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NR ਰਾਏ।